ਤੇ ਖੁਸ਼ੀ ਦੇ ਨਾਲ ਮੁੰਡੇ ਕੁੜੀ ਨੇ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਨੂੰ ਕਰੀਬ 1 ਸਾਲ ਦਾ ਸਮਾਂ ਹੀ ਹੋਇਆ ਸੀ। ਪਰ ਇਸ ਵਿਆਹ ਤੋਂ ਨਾਰਾਜ਼ ਕੁੜੀ ਦੇ ਮਾਪੇ ਅਤੇ ਭਰਾਵਾਂ ਦੇ ਵੱਲੋਂ ਆਪਣੇ ਹੀ ਜਵਾਈ ਦੀ ਜਾਨ ਲੈ ਲਈ ਗਈ। ਬੜੀ ਹੀ ਦੁਖਦ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਲਵ ਮੈਰਿਜ ਦੇ ਚੱਲਦੇ ਹੋਏ ਮੁੰਡੇ ਨੂੰ ਖਤਮ ਕੀਤਾ ਗਿਆ। ਕੁੜੀ ਦੇ ਵੱਲੋਂ ਕੈਮਰੇ ਦੇ ਸਾਹਮਣੇ ਬੈਠ ਕੇ ਦੱਸਿਆ ਗਿਆ ਕਿ ਇਸ ਦੇ ਪਿੱਛੇ ਉਸ ਦਾ ਹੀ ਪਰਿਵਾਰ ਸ਼ਾਮਿਲ ਹੈ। ਤਰਨ ਤਾਰਨ ਦੇ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲ ਗੱਡਾ ਦੇ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਦੇ ਵੱਲੋਂ ਪਿੰਡ ਦੀ ਹੀ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਸੀ। ਆਪਸ ਦੇ ਵਿੱਚ ਉਹ ਪਿਆਰ ਕਰਦੇ ਸੀ, ਪਰ ਆਪਣੀ ਹੀ ਧੀ ਦੇ ਸੁਹਾਗ ਨੂੰ ਉਸਦੇ ਪਰਿਵਾਰ ਨੇ ਖਤਮ ਕਰ ਦਿੱਤਾ। ਲੜਕੀ ਦੇ ਸਹੁਰੇ ਪਰਿਵਾਰ ਨੂੰ ਅਜੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਇਸ ਸੰਬੰਧੀ ਪੀੜਤ ਪਰਿਵਾਰ ਨਵਵਿਆਹੁਤਾ ਦੇ ਵੱਲੋਂ ਆਪਣੇ ਪਿਓ, ਚਾਚੇ ਅਤੇ ਭਰਾਵਾਂ ਨੂੰ ਸਜ਼ਾ ਦਿਵਾਉਣ ਦੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਗਈ ਹੈ। ਜਿਸ ਸਮੇਂ ਕੁੜੀ ਮੁੰਡੇ ਨੇ ਵਿਆਹ ਕਰਵਾਇਆ ਸੀ, ਇਹ ਨਹੀਂ ਸੋਚਿਆ ਸੀ ਕਿ ਐਡੀ ਵੱਡੀ ਅਨਹੋਣੀ ਘਟਨਾ ਉਹਨਾਂ ਦੇ ਨਾਲ ਵਾਪਰ ਜਾਣੀ ਹੈ। ਪਿਆਰ 'ਤੇ ਚੱਲਦੇ ਹੋਏ ਉਹਨਾਂ ਇੱਕ ਲੰਬੀ ਅਤੇ ਵਧੀਆ ਜ਼ਿੰਦਗੀ ਗੁਜ਼ਾਰਨ ਦੀ ਉਮੀਦ ਰੱਖੀ ਹੋਈ ਸੀ, ਪਰ ਨਹੀਂ ਪਤਾ ਸੀ ਕਿ ਆਪਣੇ ਹੀ ਉਹਨਾਂ ਦੀਆਂ ਖੁਸ਼ੀਆਂ ਖੋ ਲੈਣਗੇ। ਅਤੇ ਮੈਂ 1 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ, ਆਪਣੀ ਮਰਜ਼ੀ ਨਾਲ ਕਰਵਾਈ ਸੀ ਰਵਿੰਦਰ ਸਿੰਘ ਨਾਲ। ਅਤੇ ਜਿਹੜੇ ਮੇਰੇ ਤਾਇਆ ਜੀ ਆ ਬੀਸਾ, ਉਹ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਸਾਨੂੰ, ਪਹਿਲਾਂ ਵੀ ਘਰ ਆ ਕੇ, ਮਤਲਬ ਪਹਿਲਾਂ ਵੀ ਜਦੋਂ ਮਤਲਬ ਮੈਂ ਬਾਹਰ ਕੰਮ ਕਰਦੇ ਹੋਣਾ, ਉਹਨਾਂ ਨੇ ਲਲਕਾਰੇ ਮਾਰ ਕੇ ਜਾਣਾ ਕਿ ਜਿੱਥੇ ਖਸਮ ਆਪਣਾ ਲਕਾਉਣਾ ਲਕਾ ਲਾ, ਮਾਰ ਕੇ ਹੀ ਜਾਣਾ ਵਾ। ਉਦੋਂ ਵੀ ਅਸੀਂ ਪੁਲਿਸ ਨੂੰ ਦੱਸਦੇ ਰਹੇ ਹਾਂ, ਉਦੋਂ ਵੀ ਸਾਡੀ ਕੋਈ ਇਹਨਾਂ ਨੇ ਵਾਹ ਪੇਸ਼ੀ ਜਾ ਨਹੀਂ, ਕੋਈ ਕਾਰਵਾਈ ਸਾਡੀ ਕੀਤੀ ਨਹੀਂ, ਅਸੀਂ ਚਲੋ ਫਿਰ ਵੀ ਬਹਿ ਗਏ ਹਾਂ। ਪਰ ਅੱਜ ਅਸੀਂ ਇੱਥੋਂ ਤੱਕ ਪਹੁੰਚ ਗਏ ਹਾਂ ਕਿ ਉਹ ਮੁੰਡਾ ਜਿਹੜਾ ਮੈਨੂੰ ਆਪਣੇ ਹੱਥੀਂ ਲੈ ਕੇ, ਉਹ ਅੱਜ ਇਸ ਦੁਨੀਆ 'ਤੇ ਨਹੀਂ ਰਿਹਾ। ਉਹ ਸਾਰਾ ਕਾਰਨਾਮਾ ਜਿੰਨਾ ਵੀ ਕੀਤਾ, ਸਾਰਾ ਨਰਵੈਲ ਸਿੰਘ ਨੇ ਅਤੇ ਮੇਰੇ ਪਿਓ ਨੇ ਦੋਵਾਂ ਨੇ ਰਲ ਕੇ ਕਰਵਾਇਆ, ਦੋਵਾਂ ਨੇ, ਬਬਲੂ ਇੱਕ ਉਹਦਾ ਮੁੰਡਾ, ਹਾਂ ਸਾਰਿਆਂ ਨੇ ਕਰਵਾਇਆ। ਕੀ ਗੱਲਬਾਤ, ਕਿੱਦਣ ਹੋਈ ਇਹ ਗੱਲਬਾਤ ਤੇ ਕਿੰਨੇ ਪੈਰ ਕੀਤੇ ਇਹਨਾਂ ਨੇ, ਕੀ ਕੀਤਾ? 7 ਤਰੀਕ ਨੂੰ ਹੋਈ ਹੈ, 7 ਨੂੰ ਸ਼ਾਮ ਨੂੰ 6:45 ਦਾ ਟਾਈਮ ਸੀ, ਉਦੋਂ ਹੀ ਸੀ। ਪਹਿਲਾਂ ਫੋਨ ਵੀ ਕੀਤਾ ਸੀ, ਕਹਿ ਰਹੇ ਸੀ 2 ਮਿੰਟ ਤੱਕ ਘਰੇ ਆ ਗਿਆ, ਬਟ ਆਏ ਨਹੀਂ। ਕਿੰਨੇ ਰੌਂਦ ਫੈਲ ਕੀਤੇ, ਕਿੰਨੀਆਂ ਗੋਲੀਆਂ ਲੱਗੀਆਂ? 7 ਗੋਲੀਆਂ ਲੱਗੀਆਂ। ਪੁਲਿਸ ਨੇ ਕੋਈ ਇਨਸਾਫ ਦੀ ਗੱਲ ਕੀਤੀ? ਨਾ, ਕੋਈ ਇਨਸਾਫ ਨਹੀਂ ਹੋਇਆ ਸਾਡਾ। 7 ਤਰੀਕ ਦੀਆਂ ਗੋਲੀਆਂ ਲੱਗੀਆਂ, ਅੱਜ 11:12 ਹੋ ਗਈ ਆ, ਕੋਈ ਇਨਸਾਫ ਨਹੀਂ ਮਿਲਿਆ ਸਾਨੂੰ, ਕੋਈ ਇਨਸਾਫ ਨਹੀਂ ਮਿਲਦਾ ਪਿਆ ਸਾਡੇ ਘਰੇ। ਨਾ ਕੋਈ SSP, ਨਾ ਕੋਈ SHO, ਕੋਈ ਨਹੀਂ ਆਇਆ, ਨਾ ਸਾਨੂੰ ਕਿਸੇ ਨੇ ਫੋਨ ਕਰਕੇ ਪੁੱਛਿਆ ਕਿ ਉਹ ਹੈਗਾ ਵੀ ਆ ਕਿ ਮਰ ਗਿਆ ਵਾ, ਕੀ ਹਾਲਤ 'ਚ, ਕਿਸ ਹਾਲਤ 'ਚ, ਸਾਡਾ ਕੁਝ, ਕੋਈ ਇਨਸਾਫ ਨਹੀਂ ਸਾਨੂੰ ਮਿਲਿਆ, ਕੋਈ ਨਹੀਂ ਮਿਲਿਆ। ਕੀ ਡਿਮਾਂਡ ਕਰਦੇ, ਕੀ ਹੋਣਾ ਚਾਹੀਦਾ? ਅਸੀਂ ਸਜ਼ਾ ਮਿਲੇ, ਹੋਰ ਕੀ ਡਿਮਾਂਡ ਕਰਨਾ ਚਾਹੁੰਦੇ ਹਾਂ, ਹੋਰ ਕੋਈ ਡਿਮਾਂਡ ਨਹੀਂ। ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਸਾਰਿਆਂ ਨੂੰ ਮਿਲਣੀ ਚਾਹੀਦੀ ਹੈ, ਕਰਵਾਉਣ ਵਾਲੇ ਨੂੰ ਵੀ ਮਿਲਣੀ ਚਾਹੀਦੀ, ਕਰਨ ਵਾਲੇ ਨੂੰ ਵੀ ਮਿਲਣੀ ਚਾਹੀਦੀ ਆ, ਕਰਵਾਉਣ ਵਾਲੇ ਨੂੰ ਵੀ ਜ਼ਿਆਦਾ ਮਿਲਣੀ ਚਾਹੀਦੀ ਅਤੇ ਕਰਨ ਵਾਲੇ ਨੂੰ ਵੀ ਜ਼ਿਆਦਾ ਮਿਲਣੀ ਚਾਹੀਦੀ। ਇਹਦੇ ਮਗਰ ਜ਼ਿਆਦਾ ਹੱਥ ਕਿਹਦਾ ਲੱਗਦਾ? ਨਰਵੈਲ ਸਿੰਘ ਦਾ ਅਤੇ ਮੇਰੇ ਪਿਓ ਪਰਮਿੰਦਰ ਸਿੰਘ ਦਾ। ਕੀ ਨਾਂ ਜੀ ਆਪਣਾ? ਮੇਰਾ ਨਾਂ ਸੁਖਵਿੰਦਰ ਕੌਰ ਆ। ਕੀ ਗੱਲਬਾਤ ਹੋਈ ਹੈ ਪੂਰੀ? ਮੇਰਾ ਬੇਟਾ ਰਵਿੰਦਰ ਸਿੰਘ ਸੀ, ਉਹ ਕਿਸੇ ਲੜਕੀ ਨੂੰ ਪਸੰਦ ਕਰਦਾ ਸੀ, ਪਲਵਿੰਦਰ ਸਿੰਘ ਦੀ, ਅਨਮੋਲਦੀਪ ਕੌਰ ਨੂੰ। ਹੁਣ ਨਹੀਂ, ਉਸਦੇ ਨਾਲ ਕੋਰਟ ਮੈਰਿਜ ਕੀਤੀ ਹੋਈ ਸੀ ਪਿਛਲੇ ਸਾਲ 5 ਮਈ ਨੂੰ। ਉਸ ਤੋਂ ਬਾਅਦ ਉਹ 2 ਜੁਲਾਈ ਨੂੰ ਸਾਡੇ ਘਰ ਉਹਨਾਂ ਬੜਾ ਤਕੜਾ ਅਟੈਕ ਕੀਤਾ, 25-30 ਬੰਦੇ ਆ ਕੇ ਪੈ ਗਏ। ਅਸੀਂ ਉਸ ਵਕਤ ਘਰ 'ਚ 4 ਮੈਂਬਰ ਸੀ, ਫਿਰ ਵੀ ਅਸੀਂ ਕੋਠੇ ਚੜ੍ਹ ਕੇ ਉੱਤੋਂ ਰੋੜੇ ਰਾੜੇ ਮਾਰ ਕੇ ਆਪਣਾ ਬਚਾਅ ਕੀਤਾ। ਉਹਨਾਂ ਮੇਰੇ ਘਰ ਦਾ ਬਹੁਤ ਨੁਕਸਾਨ ਕੀਤਾ, ਅਜੇ ਤੱਕ ਸ਼ੀਸ਼ੇ ਨਹੀਂ ਮੈਂ ਚੜਾਏ, ਘਰ ਦੇ ਸਾਰੇ ਸ਼ੀਸ਼ੇ ਤੋੜ ਕੇ ਗਏ, ਗੋਲੀਆਂ ਚਲਾ ਕੇ ਗਏ।
ਫਿਰ ਵੀ ਸਾਨੂੰ ਨਾ ਦੋ ਬੰਦੇ ਮੇਰੇ ਗੇਟ ਅੱਗੇ ਰਹਿ ਵੀ ਨਿਕਲ ਨਹੀਂ ਦੇਣਾ, ਉਹਨਾਂ ਜਾ ਕੇ ਪਰਚਾ ਬਣਾ ਲਿਆ ਸਾਡੇ ਗੇਟ ਅੱਗੇ। ਅਸੀਂ ਪੁਲਿਸ ਨੂੰ ਚੰਡੀਗੜ੍ਹ ਫੋਨ ਕੀਤਾ, ਉਹਨਾਂ ਨੇ ਕਹਿ ਤਾ ਆਪਣੇ ਥਾਣੇ ਨੂੰ ਜਾ ਕੇ ਦਰਖਾਸਤ ਲਿਖਾਓ। ਥਾਣੇ ਕੀਤਾ, ਥਾਣੇ ਵਾਲਾ ਕਿਹਾ ਇੱਥੇ ਆ ਕੇ ਦਰਖਾਸਤ, ਅਸੀਂ ਕਿਤਲਾ ਲਾਂਗੇ ਤਾਂ ਪੂਵੇ ਅੱਗੇ ਤਾਂ ਪੁਲਿਸ ਬੈਠੀ ਸੀ। ਫਿਰ ਵੀ ਸਾਨੂੰ ਉਹਨਾਂ ਨੇ ਕੋਈ ਸਾਡੀ ਸੁਣਵਾਈ ਅਸੀਂ ਫਿਰ ਦੁਬਾਰਾ ਕ੍ਰੋਸ ਪਰਚੇ ਕਰਾਏ, ਉਹਨਾਂ ਨੇ ਬਾਹਰੇ ਬਾਹਰ 'ਚ ਮਾਨਤਾ ਕਰਾ ਲਈਆਂ, ਪੁਲਿਸ ਪੈਸਾ ਖਾਂਦੀ ਫੜਦੀ ਨਹੀਂ ਉਹਨਾਂ ਨੂੰ। ਹੁਣ ਵੀ ਦੁਬਾਰਾ ਫਿਰ 7 ਤਰੀਕ ਨੂੰ ਐਤਵਾਰ ਸ਼ਾਮੀ ਮੇਰੇ ਬੇਟੇ ਨੂੰ 7:30 ਗੋਲੀਆਂ ਚਲਾਈਆਂ, 5-6 ਦਿਨ ਉਹ ਮੌਤ ਨਾਲ ਘੁਲਿਆ ਆ। ਕੱਲ੍ਹ 11 ਤਰੀਕ ਨੂੰ ਇਹਦੀ ਡੈਥ ਹੋ ਗਈ ਆ। ਸਾਡੇ ਘਰ ਕੋਈ ਸਾਨੂੰ ਪੁੱਛੇ ਨਹੀਂ ਆਇਆ, ਪੁਲਿਸ ਨਹੀਂ ਆਈ, ਕੋਈ SHO DC ਡਿਪਟੀ ਕੋਈ ਨਹੀਂ ਮੈਨੂੰ ਪੁੱਛਣਾ। ਮੈਂ ਮਾਂ ਦਿਖਿਆਰੀ, ਮੇਰਾ ਇੱਕ ਬੱਚਾ ਸੀ, ਮੈਂ ਹੱਥ ਧੋ ਕੇ ਬਹਿ ਗਈ ਹਾਂ। ਮੈਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਉਹਨਾਂ ਨੂੰ ਸਜ਼ਾ ਦਿਓ। ਦਰਖਾਸਤ ਦਿੱਤੀ ਨਹੀਂ, ਪਰਚੇ ਹੋਏ ਆ, ਪਰਚੇ ਹੋਏ, ਕੋਈ ਪੜਤਾਲ ਨਹੀਂ ਹੋਣ ਡੇ, ਕੋਈ ਗ੍ਰਿਫਤਾਰੀ ਨਹੀਂ ਹੋਈ, ਕੁਛ ਨਹੀਂ ਹੋਣ ਡਿਆ। ਕਦੀ ਮੈਂ ਰੇਡ ਪੈਂਦੀ ਨਹੀਂ ਵੇਖੀ ਉਹਨਾਂ ਘਰ। ਜਿਹੜੇ ਆਰੋਪੀ ਅਜੇ ਵੀ ਧਮਕੀਆਂ ਦਿੰਦੇ? ਹਾਂਜੀ ਹਾਂਜੀ, ਉਹ ਆਉਂਦੇ ਭੱਜ ਲਓ, ਇਹ ਤੁਹਾਨੂੰ ਤਿੰਨਾਂ ਨੂੰ ਪੁੱਛਣਾ ਵਾ। ਕੀ ਚਾਹੁੰਦੇ ਜੀ, ਕੀ ਹੋਣਾ ਚਾਹੀਦਾ? ਮੈਂ ਨਹੀਂ, ਮੈਨੂੰ ਇਨਸਾਫ ਮਿਲੇ, ਇਹੋ ਜਿਹੇ ਬੰਦਿਆਂ ਨੂੰ ਬੰਨ ਪਾਓ, ਹੋਰ ਕਿਸੇ ਮਾਂ ਦਾ ਪੁੱਤ ਨਾ ਮਰੇ, ਮੈਂ ਇਹ ਆਉਂਦੀ ਹਾਂ। ਇੱਦਾਂ ਸਾਡੇ ਨਾਲ ਉਹਨਾਂ ਨੇ ਪਹਿਲਾਂ ਵੀ ਸਾਡੇ 2 ਦਿਨ ਪਰਚੇ ਨਾਲ, 2 ਪਹਿਲਾਂ ਪਹਿਲ ਪਰਚੇ ਕਰਵਾਏ ਸਾਡੇ 'ਤੇ ਉਹਨਾਂ ਨੇ, ਅਤੇ ਹੁਣ ਫਿਰ ਸਾਡੇ ਵੀਰ ਦਾ ਧੱਕਾ ਕਰਕੇ ਆਉਣ ਲੱਗਿਆ ਉਹ, ਅਤੇ ਹੈਗਾ ਵੀਰ ਜੀ ਉਹੀ ਆ, ਹੋਰ ਨਹੀਂ ਹੈਗਾ ਕੋਈ। ਕੌਣ ਹੈ ਆਰੋਪੀ, ਕੌਣ ਹੈ? ਨਰਵੈਲ ਸਿੰਘ ਵੀਰ ਜੀ। ਕੀ ਚਾਹੁੰਦੇ, ਕੀ ਹੋਣਾ ਚਾਹੀਦਾ ਹੈ ਭਾਅ ਜੀ? ਸਾਨੂੰ ਹੱਕ ਮਿਲਣਾ ਚਾਹੀਦਾ ਜੀ, ਸਾਡਾ ਸਾਡਾ ਘਰ ਮੁੱਦਾ ਕਰਕੇ ਵੀਰ ਜੀ, ਸਾਡਾ ਘਰ ਸਾਨੂੰ ਹੱਕ ਮਿਲਣਾ ਚਾਹੀਦਾ ਜੀ, ਉਹਦਾ ਉਸ ਚੀਜ਼ ਦਾ। ਪੁਲਿਸ ਪ੍ਰਸ਼ਾਸਨ ਕੋ ਗਏ ਜਾਂ ਮਾਮਲਾ ਦਰਜ ਕੀਤਾ ਉਹਨਾਂ ਨੇ? ਵੀਰ ਜੀ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਵੀਰ ਜੀ, ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਜੀ। ਬਸ ਕੀ ਮਤਲਬ ਇਹਨਾਂ ਦੇ ਵਾਸਤੇ ਤੁਸੀਂ ਉਹ ਜਿਹੜਾ ਹੁਣ ਮਰਡਰ ਹੋ ਗਿਆ ਵਾ? ਹਾਂਜੀ, ਪਹਿਲਾਂ ਤਾਂ ਇੰਜਰਡ ਹੈਗੇ ਸੀਗੇ, ਜ਼ਖਮੀ ਹੋਏ ਸੀਗੇ। ਹਾਂਜੀ, ਡੈਥ ਤੋਂ ਬਾਅਦ ਕੋਈ ਤੁਸੀਂ ਅਪਰੋਚ ਕੀਤੀ ਥਾਣੇ ਦੇ ਵਿੱਚ ਜਾਂ ਕਿਸੇ ਵੱਡੇ ਅਫਸਰ ਨਾਲ? ਵੀਰ ਜੀ ਪਾਏ ਨਾਲ ਫੋਨ ਬਥੇਰਾ ਕੀਤਾ ਵੀਰ ਜੀ, ਥਾਣੇਦਾਰ ਨੂੰ ਵੀ ਕੀਤਾ, ਉਹ ਵੀ ਆਉਣਾ ਆਉਣਾ ਵੇਟ ਕਰੋ ਆਉਣਾ ਆਉਣਾ, ਬਸ ਕੋਈ ਨਹੀਂ ਆਇਆ ਵੀਰ ਜੀ। ਅਤੇ ਜਿਹੜਾ ਹੁਣ ਗਾਂਹ ਧਮਕੀਆਂ ਦੇ ਰਿਹਾ, ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ, ਕੀ ਮੈਸੇਜ ਆ? ਵੀਰ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀਰ ਜੀ, ਇਨਸਾਫ ਮਿਲਣਾ ਚਾਹੀਦਾ ਸਾਨੂੰ ਇਸ ਗੱਲ ਦਾ। ਗੱਡੀ ਦੇ ਵਿੱਚ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਵਾ, ਕੀ ਮਾਮਲਾ ਹੈ ਪੂਰਾ? ਮਾਮਲਾ ਉਹਨੇ ਪਿੰਡ 'ਚ ਲਵ ਮੈਰਿਜ ਕਰਾਈ ਸੀ, ਪਿੰਡ ਦੀ ਲੜਕੀ ਆ, ਪਿੰਡ ਹੀ ਰਹਿੰਦਾ ਵਾ, ਉਹਦਾ ਪਰਿਵਾਰ ਜਿਹੜੇ ਲੜਕੀ ਦੇ ਆ ਉਹਨਾਂ ਨੂੰ ਕੋਈ ਇਤਰਾਜ਼ ਸੀ ਪਹਿਲਾਂ ਵੀ, ਕਿਤੇ ਇਹਨਾਂ ਤੱਕ ਤੂਤੂਮਾਮਾ ਹੋਈ ਆ, ਹੁਣ ਦੁਬਾਰਾ ਜਿਹੜੀ ਆ ਕੁਆਣ ਪਿਛਾਤੇ 2 ਆਏ ਆ ਮੋਟਰਸਾਈਕਲ 'ਤੇ, ਉਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਿਆ। ਇਹਦੇ ਸੰਬੰਧੀ ਜਿਹੜਾ ਮੁਕੱਦਮਾ ਦਰਜ ਕੀਤਾ 302 ਦਾ ਇਹਨਾਂ ਦੇ ਪਰਿਵਾਰ 'ਤੇ, ਪਰਮਿੰਦਰ ਸਿੰਘ ਵਗੈਰਾ ਦੇ ਇਹਨਾਂ ਦੇ ਪਰਿਵਾਰ 'ਤੇ 3 ਕਰੀਬ 4 ਜਣਿਆਂ 'ਤੇ ਜਿਹੜਾ ਮੁਕੱਦਮਾ ਦਰਜ ਬਾਈ ਨੇਮ ਕੀਤਾ, ਅਤੇ ਇਹਦੀ 307 'ਤੇ ਮੁਕੱਦਮਾ ਦਰਜ ਕੀਤਾ ਹੈ। ਮੁੜ ਕੇ ਇਹਦੀ ਦੁਬਾਰਾ 11/4/24 ਨੂੰ ਇਹਦੀ ਮੌਤ ਹੋ ਗਈ ਆ, ਅਤੇ ਵਾਧਾ ਜੁਰਮ ਕਰਤਾ 302 ਦਾ। ਕਿੰਨੇ ਬੰਦੇ 'ਤੇ ਮਾਮਲਾ ਹੋਇਆ? ਮਾਮਲਾ 4 ਬੰਦੇ 'ਤੇ ਹੋਇਆ ਤਕਰੀਬਨ। ਲੜਕੀ ਦੇ ਬਿਆਨ ਆ ਵੀ ਕਹਿੰਦੀ ਮੇਰਾ ਚਾਚਾ ਡੈਡੀ ਦੇ ਮੇਰਾ ਚਾਚੇ ਦਾ ਬੇਟਾ ਵਾ, ਉਹਨਾਂ ਨੇ ਗੋਲੀਆਂ ਚਲਾਈਆਂ। ਚਲੋ ਉਹਦੇ 'ਤੇ ਜਿਹੜਾ ਬਾਈ ਨੇ ਮੁਕੱਦਮਾ ਦਰਜ ਇਹਨਾਂ ਦੇ ਉਹਨਾਂ 'ਤੇ ਕਰਾਇਆ, ਬਾਕੀ ਜਿਹੜਾ ਅਣਪਛਾਤੇ ਜਿਹੜੇ ਗੋਲੀਆਂ ਮਾਰ ਕੇ ਗਿਆ ਉਹਨਾਂ ਦੀ ਅਸੀਂ CCTV ਕੈਮਰੇ ਵੇਖਣ ਡੇ ਹਾਂ, CDR ਵਗੈਰਾ ਚੈੱਕ ਕਰਨ ਡੇ ਹਾਂ, ਉਹਨਾਂ ਤੋਂ ਪਤਾ ਲੱਗ ਜਾਂਦਾ ਵੀ ਕਿਹੜੇ ਇਹ ਤਾਂ ਬਾਈ ਨੇਮ ਹੀ ਆ। ਗ੍ਰਿਫਤਾਰੀ ਸਰ ਇਹਨਾਂ ਦੀ? ਗ੍ਰਿਫਤਾਰੀ ਹੋ ਰਹੀ ਆ, ਰੇਡ ਕੀਤੇ ਜਾ ਰਹੇ ਆ, ਘਰ ਤੋਂ ਅੱਗੇ ਪਿੱਛੇ ਹੋਏ ਨੇ, ਜਲਦੀ ਕਰਕੇ ਰੇਡ 'ਤੇ ਗ੍ਰਿਫਤਾਰੀ ਪਾਈ ਜਾਊਗੀ ਉਹਨਾਂ ਦੀ। ਪਰਿਵਾਰ ਕਹਿੰਦਾ ਜੀ ਸਾਨੂੰ ਫਿਰ ਧਮਕੀਆਂ ਆਉਣੀਆਂ ਵੀ ਲੜਕੀ ਨੂੰ ਵੀ ਮਾਰ ਦੇਣਾ ਵਾ, ਇਹਦੇ ਬਾਰੇ ਸਰ ਕੀ ਕਹਿਣਾ ਚਾਹੁੰਦੇ? ਇਹਦੇ ਸੰਬੰਧੀ ਅਜੇ ਸਾਨੂੰ ਕੋਈ ਰਿਪੋਰਟ ਨਹੀਂ ਆਈ, ਨਾ ਕਿਸੇ ਨੇ ਦੱਸਿਆ ਹੀ ਆ, ਸੱਚ ਨਾਲ ਮੇਰੀ ਗੱਲ ਵੀ ਹੋਈ ਆ ਪਹਿਲਾਂ, ਅਤੇ ਇਹਦੇ ਬਾਰੇ ਅਜੇ ਤੱਕ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਆ। ਜੇ ਕਹੇਗੀ ਤਾਂ ਉਹਨਾਂ ਦੇ ਖਿਲਾਫ਼ ਫਿਰ ਕਾਰਵਾਈ ਕੀਤੀ ਜਾਵੇਗੀ।